देखो सोफा 10,000 तो शुरू करते हैं, 20,000, 25,000, 40,000, 3.75 लाख तक का सोफा होता है। 7 सीटर है, 3, 2, 2। ਇਹ 7 ਸੀਟਰ ਹਾਂ। ਹੁਣ ਆ ਵੀ ਡਿਜ਼ਾਈਨ ਸਾਡਾ ਜੀ ਬਿਲਕੁਲ ਨਿਊ ਡਿਜ਼ਾਈਨ। ਅੱਛਾ ਜੀ, ਤੀਜਾ ਸੋਫਾ ਬਣਿਆ ਵਾ। ਠੀਕ ਹੈ, ਫੈਬਰਿਕ ਕਲਰ ਤੁਸੀਂ ਉਹੀ ਤੁਹਾਨੂੰ ਕਿਹਾ ਵੀ 6 ਸੀਟਰ ਚ ਐਲ ਆ, 2 ਸੀਟਾ ਟੇਬਲ ਆ, ਉਹ ਆ ਪ੍ਰਾਈ ਟੈਗ ਇਹਦੇ ਲੱਗਿਆ। ਠੀਕ ਹੈ ਜੀ, ਠੀਕ ਹੈ ਨਾ ਜੀ। ਇਹਦੇ ਤੇ ਵੀ ਐਕਸਟਰਾ ਲੈਸ ਲੱਗ ਚੁੱਕੀ ਆ। ਹਾਂ, 40 ਲੈਸ ਕਾਰਨਰ ਦੀ ਸੀਟ ਦਾ ਪੈਸਾ ਤੁਸੀਂ ਨਹੀਂ ਲੈਂਦੇ। ਪੈਸਾ ਨਹੀਂ ਲੈਂਦੇ, ਨਹੀਂ ਤਾਂ ਆਪਾਂ ਜੀ ਹੁਣ ਪਤਾ ਕੀ ਹੈ ਜੀ, 1.5 ਸੀਟ ਚ ਕਾਰਨਰ ਗਿਣਦੇ ਆ। ਹਾਂ, ਇਹਨਾਂ ਰਾਇਲ ਲੁੱਕ ਸੋਫਾ ਜੀ, ਇਹਦੇ ਤੇ ਕੰਫਰਟ ਲੈਵਲ ਵੱਖਰਾ ਹੀ ਹੈ। ਹਾਂ ਵੀ ਸੈਟਿੰਗ ਦੇਖੋ ਕਿੰਨੀ ਸੋਹਣੀ ਸੈਟਿੰਗ ਦਿੰਦਾ ਹੈ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਬ੍ਰਾਂਡ ਨਿਊ ਐਪੀਸੋਡ ਦੇ ਵਿੱਚ। ਅਗਰ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਤੁਸੀਂ ਆਪਣੇ ਘਰ ਦੇ ਲਈ ਫਰਨੀਚਰ ਲੈਣ ਦਾ ਸੋਚ ਰਹੇ ਹੋ ਤੇ ਸੋਚ ਰਹੇ ਹੋ ਕਿ ਵਧੀਆ ਡਿਸਕਾਊਂਟ ਮਿਲ ਜਾਵੇ ਜੀ, ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਅਸੀਂ ਹੈਗੇ ਆ ਜੱਪ ਕਿਚਨ ਐਂਡ ਫਰਨੀਚਰ, ਸੰਦੀਪ ਜੀ ਮੇਰੇ ਨਾਲ ਰਹਿਣਗੇ ਤੇ ਸੰਦੀਪ ਜੀ ਦੱਸਣਗੇ ਸਾਰਾ ਆਫਰ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ, ਜਿਹੜੇ ਬੰਦੇ ਸਾਡੇ ਨਾਲ ਜੁੜੇ ਆ, ਜਿਹੜੇ ਬੰਦਿਆਂ ਨੇ ਸਾਡੇ ਤੋਂ ਫਰਨੀਚਰ ਲਿੱਤਾ, ਹਾਂਜੀ, ਚਾਹੇ ਵੇਖਣ ਆਏ ਜਾਂ ਨਹੀਂ ਲਿੱਤਾ, ਪਹਿਲੀ ਗੱਲ ਤਾਂ ਸਾਰਿਆਂ ਨੂੰ ਵੀ ਦੀਵਾਲੀ ਦੀਆਂ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਤੇ ਵਿਸ਼ਕਰਮਾ ਡੇ ਦੀਆਂ ਲੱਖ ਲੱਖ ਸਾਡੇ ਨੂੰ ਅਡਵਾਂਸ ਚ ਅਮਾਰ। ਬਹੁਤ ਬਹੁਤ ਧੰਨਵਾਦ। ਹੁਣ ਦੀਵਾਲੀ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਕਰਕੇ 40 ਲੈਸ ਸਾਡੀ ਚੱਲਦੀ ਰਹਿੰਦੀ ਹੈ। 40 ਲੈਸ ਚੱਲ ਰਹੀ ਹੈ। ਠੀਕ ਹੈ, 15% ਅਸੀਂ ਲੈਸ ਐਕਸਟਰਾ ਹੋਰ ਦੇਤੀ ਇਹ ਜੀ ਆਪਣੇ ਫੈਸਟੀਵਲ ਆਫਰ। ਹਾਂ, ਇਹ ਅਸੀਂ ਅਪ ਟੂ 70 ਕੀਤੀ ਹੈ। ਕਿਸੇ ਆਰਟੀਕਲ ਤੇ 30 ਐਕਸਟਰਾ, ਕਿਸੇ ਦੇ 15 ਐਕਸਟਰਾ, ਕਿਸੇ ਦੇ 10 ਐਕਸਟਰਾ, ਕਿਸੇ ਦੇ 25 ਐਕਸਟਰਾ। ਹੁਣ ਕੰਮ ਦੀ ਗੱਲ ਇਹ ਹੈ, ਮੈਂ ਤੁਹਾਨੂੰ ਇੱਕ ਸੋਫੇ ਦੀ ਸਮਝਾਓ। ਹਾਂਜੀ, ਆਹ ਡਿਜ਼ਾਈਨ ਦੇ ਵਿੱਚ ਹੁੰਦਾ ਸਾਰਾ ਮਾਰਬਲ ਦਾ ਕੰਮ ਹੋਇਆ ਅੱਗੇ। ਠੀਕ ਹੈ ਜੀ। ਅੱਛਾ ਜੀ, ਇਹ ਮਾਰਬਲ ਲਾਤਾ ਜੀ? ਮਾਰਬਲ ਉੱਤੇ ਲਾਤਾ। ਦੇਖੋ ਤੇ ਪੋਲਿਸਟਰ ਵਾਲਾ ਸੈੱਟ ਵੀ ਪਿਆ ਅੱਗੇ। ਹੁਣ ਇਹਦੇ ਵਿੱਚ ਨਾ ਜਿਵੇਂ ਇਹਨੂੰ ਕੀ ਹੈ, ਕਿਸੇ ਟਾਈਮ ਨਾ ਬੰਦਾ ਐਲ ਤੇ ਹੀ ਗੌਰ ਕਰਦਾ, ਹਾਂਜੀ, 2 ਸੀਟ ਤੇ ਨਿਗਾਹ ਨਹੀਂ ਮਾਰਦਾ, ਆਹ ਤੇ ਨਹੀਂ। ਹੁਣ ਇਹ ਕੀ ਬੰਦੇ ਤੇ ਬੈਠੇ ਨੇ, 3 ਉਹ ਸੀਟ ਆ, 3 ਇੱਧਰ ਆ, 6, 2, 8 ਤੇ 2, 10, 2 ਪਫੀ ਆ ਗਈ, 1 ਕੋਰਨਰ ਆ ਗਿਆ। ਅੱਛਾ ਜੀ, ਅਸੀਂ ਕੋਰਨਰ ਦੇ ਪੈਸੇ ਨਹੀਂ ਲਗਾਉਂਦੇ। ਇਹਦੇ ਤੇ ਹੀ ਮੈਂ ਆ ਰਿਹਾ ਸੀਗਾ ਕਿ ਜੇ ਤੁਸੀਂ ਜੱਪ ਕਿਚਨ ਐਂਡ ਫਰਨੀਚਰ ਤੇ ਆਓਗੇ, ਕੋਰਨਰ ਸੀਟ ਦੇ ਪੈਸੇ ਨਹੀਂ ਲੈਣੇ। ਹਾਂ, ਹੁਣ ਸਾਡਾ ਪ੍ਰਾਈ ਟੈਗ ਵੀ ਦੇਖੋ, ਆ 6 ਸੀਟ ਦਾ ਲੱਗਿਆ, ਆ 2 ਸੀਟ ਦਾ ਲੱਗਿਆ। ਅੱਛਾ ਜੀ, ਆ 2 ਸੀਟ ਦਾ ਪ੍ਰਾਈਸ ਲੱਗਿਆ, ਆ 6 ਸੀਟ ਦਾ ਹੀ। ਜੇ ਕੈਲਕੂਲੇਸ਼ਨ ਕਰੋਗੇ ਪਫੀ ਦੇ ਅਲੱਗ, ਟੇਬਲ ਦੇ ਅਲੱਗ। ਹਾਂ, ਹੁਣ ਟੇਬਲ ਦਾ ਰੇਟ ਮਾਰਬਲ ਵੀ ਰਖਾਂਦਾ ਬੰਦਾ ਤੇ ਗਲਾਸ ਵੀ ਰਖਾਂਦਾ। ਹਾਂਜੀ, ਠੀਕ ਹੈ ਨਾ। ਇਹਦੇ ਚ ਕੀ ਆ, ਕੱਪੜੇ ਦੀ ਕੋਸਟ ਹੁੰਦੀ ਹੈ। ਮੰਨ ਲਓ ਆ ਸੈੱਟ ਆ, ਦੇਖੋ ਜਿਹਨੇ ਪੈਸੇ ਦੇਣੇ ਉਹਨੇ ਸਟੱਡੀ ਕਰਨੀ ਹੈ। ਤੁਹਾਨੂੰ ਸਟੱਡੀ ਕਰਨ ਦਾ ਅਸੀਂ ਤਰੀਕਾ ਦੱਸ ਰਹੇ ਹਾਂ, ਕਰਨਾ ਕਿਵੇਂ ਆ। ਹਾਂਜੀ, ਤੁਸੀਂ ਕਿਸੇ ਤੋਂ ਵੀ ਲੈਣਾ ਸੋਫਾ, ਹਾਂਜੀ, ਤੁਸੀਂ ਉਹ ਤੋਂ 2 ਗੱਲਾਂ ਪੁੱਛਣੀਆਂ ਕਿ ਫੈਬਰਿਕ ਕਿੰਨੇ ਰੁਪਏ ਮੀਟਰ ਵਾਲਾ। ਠੀਕ ਹੈ, ਦੇਖੋ ਜੇ ਤਾਂ ਹੁਣ ਮੰਨ ਲਓ ਮੈਂ ਇਸ ਤੇ ਜਿਹੜਾ ਲੱਗਿਆ ਵੀ ਮੀਟਰ 700 ਰੁਪਏ ਮੀਟਰ ਦਾ ਕੱਪੜਾ ਲੱਗਿਆ, ਹਾਂਜੀ, ਇਸ ਸੈੱਟ ਨੂੰ 35 ਮੀਟਰ ਕੱਪੜਾ ਲੱਗਿਆ, ਬਿਲਕੁਲ, ਤਾਂ ਮੈਂ 700 ਰੁਪਏ ਮੀਟਰ ਦੇ ਪੈਸੇ ਕੱਟਣ ਦਾ ਹੱਕਦਾਰ। ਹਾਂਜੀ, ਹੁਣ ਜੇ ਵੀਰ ਜੀ ਮੈਂ ਲਾਇਆ 100 ਰੁਪਏ ਵਾਲਾ ਤਾਂ ਮੈਂ 700 ਦੇ ਪੈਸੇ ਨਹੀਂ ਕੱਟੂ, ਬੋਲਣ ਨੂੰ ਮੈਂ 2000 ਰੁਪਏ ਮੀਟਰ ਕਹਿਦੇ ਹਾਂ। ਹਾਂਜੀ, ਬਿਹਾਰੀ ਗੱਲ ਆ, ਪਰ ਜੋ ਅਸੀਂ ਬੋਲਦੇ ਹਾਂ ਵੀ ਫੈਬਰਿਕ ਦੀ ਕੋਸਟ, ਤਾਂ ਕੱਪੜੇ ਦਾ ਜੇ ਮੰਨ ਲਓ 35 ਮੀਟਰ ਕਸਟਮਰ ਨੇ ਲਿਆਤਾ, ਤਾਂ ਅਸੀਂ 700 ਦੇ ਪੈਸੇ ਕੱਟ ਦਾਂਗੇ। ਠੀਕ ਹੈ, ਹੁਣ ਇਹ ਕਲਰ ਮੰਨ ਲਓ 100 ਰੁਪਏ ਮੀਟਰ ਚ ਵੀ ਆਂਦਾ। ਹਾਂਜੀ, ਜੇ ਤੁਸੀਂ ਇਹ ਮੰਨ ਲਓ 100 ਰੁਪਏ ਮੀਟਰ ਆ ਲਵੋ, ਲਗਭਗ 20,000 ਦਾ ਕੱਲਾ ਕੱਪੜਾ ਚੇਂਜ ਤੇ ਆ। ਉਹ ਦੂਆ ਲੱਕੜ ਆ ਭਾਜੀ, ਫੋਮ ਆ, ਬਹੁਤ ਚੀਜ਼ਾਂ ਵਿੱਚ। ਹਾਂ ਵੀ ਸਾਰਾ ਕੋਸਟ ਵੀ ਆਪਾਂ ਨੂੰ ਇਨਕਲੂਡ ਕਰਕੇ ਫੇਰ, ਹੈ ਨਾ, ਇੰਨੀ ਕੁ ਵੈਰਾਈਟੀ ਆ, 3 ਤੋਂ 4 ਘੰਟਿਆਂ ਦਾ ਪ੍ਰੋਸੈਸ ਲੱਗਦਾ ਜੇ ਕਸਟਮਰ ਨੇ ਡਿਜ਼ਾਈਨ ਦੇਖਣਾ। ਬਿਲਕੁਲ, ਦੇਖੋ ਸੋਫਾ 10,000 ਤੋਂ ਸ਼ੁਰੂ ਕਰਦੇ ਆ, 20,000, 25,000, 40,000, 3.75 ਲੱਖ ਤੱਕ ਦਾ ਸੋਫਾ ਹੁੰਦਾ ਸਾਡਾ। ਹਾਂ, ਤੇ ਹਰ ਇੱਕ ਡਿਜ਼ਾਈਨ ਦੇ ਵਿੱਚ, ਹਰ ਇੱਕ ਡਿਜ਼ਾਈਨ 'ਚ ਆ, ਤੁਹਾਨੂੰ ਆਹ ਹੁਣ ਫੁੱਲ ਕਵਰ ਸੋਫੇ ਦਿਖਾ ਰਹੇ ਹਾਂ। ਹਾਂਜੀ, ਠੀਕ ਹੈ ਨਾ ਜੀ। ਹੁਣ ਇੱਕ ਕੀ ਆ, ਇੱਕ ਹੁੰਦਾ ਸ਼ੋਰੂਮ ਵੀ ਕਸਟਮਰ ਨੇ ਨਾ ਆਪਦੇ ਘਰ ਵਾਲਾ ਸਮਾਨ ਲੈ ਕੇ ਜਾਣਾ। ਹਾਂਜੀ, ਇੱਕ ਦੁਕਾਨਦਾਰ ਹੁੰਦਾ ਵਿਆਹ ਸ਼ਾਦੀ ਵਾਲਾ ਸਮਾਨ ਵੇਚਣਾ, ਠੀਕ ਹੈ ਨਾ। ਵਿਆਹ ਸ਼ਾਦੀ ਵਾਲਾ ਵੀ ਸਮਾਨ ਹੁੰਦਾ, ਉਹ ਕਿਸੇ ਨੇ ਗਿਫਟ ਦੇਣਾ ਹੁੰਦਾ, ਤਕਰੀਬਨ ਕੀ 99% ਹੁੰਦਾ ਜਿਹੜੀ ਗਿਫਟ ਵਾਲੀ ਆਈਟਮ ਦੀ ਨਾ, ਗਲਤ ਗਰੰਟੀ ਦੇ ਕੇ ਦੁਕਾਨਦਾਰ ਸਮਾਨ ਵੇਚਦਾ। ਹਾਂਜੀ, ਉਹ ਵੀ ਸਾਡੇ ਕੋਲ ਸਾਲ ਦੇ ਅਸੀਂ ਇੱਕੋ ਹੀ ਰੇਟ ਕਰਦੇ ਆ, 13,500 ਦੀ ਐਲ, 7,500 ਦੀ ਅਲਮਾਰੀ, 6x4 ਦੀ, ਠੀਕ ਹੈ ਜੀ, 2,500 ਦਾ ਗੱਦਾ, ਠੀਕ ਹੈ, ਠੀਕ ਹੈ ਜੀ, ਤੇ 10,000 ਦਾ ਬੈੱਡ, ਠੀਕ ਹੈ, ਠੀਕ ਹੈ ਨਾ। ਉਹ ਤੁਹਾਨੂੰ ਪਿੱਕ ਅਸੀਂ ਦਿਖਾ ਦਿੰਦੇ ਹਾਂ ਅੱਗੇ ਜਾ ਕੇ, ਉਹ ਸਾਡੇ ਰੇਟ ਉਹਦੇ ਵੀ ਫਿਕਸ ਆ।
ਵੀ ਜਿੱਦਾਂ ਦਾ ਤੁਸੀਂ ਮਰਜ਼ੀ ਸੋਫਾ ਬਣਵਾ ਸਕਦੇ ਹੋ ਠੀਕ ਹੈ ਜੀ ਜਿਹੜਾ ਇਹ ਅਪ ਟੂ 70 ਲੈਸ ਆ ਹਾਂ ਇਹ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਆ ਠੀਕ ਹੈ ਜੀ ਇੱਕ ਨਾ ਸਮਾਂ ਨਾ ਥੋੜਾ ਜਿਹਾ ਲੈ ਕੇ ਚੱਲਿਓ 5-6 ਦਿਨ ਦੀ ਤਾਂ ਮਹਾਰਾਜ ਦੀ ਕਿਰਪਾ ਨਾਲ ਵੇਟਿੰਗ ਅੱਜ ਵੀ ਡਿਲੀਵਰੀ ਚੱਲਦੀ ਹੈ ਅੱਛਾ ਜੀ ਠੀਕ ਹੈ ਨਾ ਕੋ ਦੇਖੋ ਇਹ ਸੋਫੇ ਫਰਨੀਚਰ ਦਾ ਕੰਮ ਇਹ ਆ ਇਹ ਡਿਲੀਵਰੀ 00 ਕਰਨੀ ਪੈਂਦੀ ਹੈ ਤਾਂ ਜਾਣ ਬੰਦੇ ਆਪਾਂ ਮਾਲ ਵਧੀਆ ਬਣਾ ਲਿਆ ਜਾਣ ਬੰਦਾ ਲੈ ਗਿਆ ਤੇ ਕੋਈ ਚਾ ਕਸਟਮਰ ਆਪਦੇ ਸਮਾਨ ਤੇ ਹੀ ਲੈ ਗਿਆ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕਸਟਮਰ ਨਾਲ ਖੜਨਾ ਪੈਂਦਾ ਬਿਲਕੁਲ ਜੀ ਠੀਕ ਹੈ ਨਾ ਤੇ ਇਹ ਸੋਫੇ ਆਪਣੇ ਜੀ ਕਿੰਨੇ ਸੀਟਰ ਆ ਜਾਏਗਾ ਜੀ ਇਹ 7 ਸੀਟਰ ਹੈ 3 ਅੱਛਾ ਜੀ 2 ਇਹ 7 ਸੀਟਰ ਹਾਂ ਪ੍ਰਾਈਸ ਟੈਗ ਵੀ ਦੇ ਉੱਤੇ ਲੱਗਿਆ ਹੋਇਆ ਵਾ ਅੱਛਾ ਜੀ ਠੀਕ ਹੈ ਨਾ ਇਹ ਹੁਣ 51000 ਦਾ ਇਹਦਾ ਪ੍ਰਾਈਸ ਹੈ ਅੱਛਾ ਜੀ ਇਹਦੇ ਤੇ ਐਕਸਟਰਾ 20% ਹੋਰ ਲੈਸ ਆਪਾਂ ਦੇ ਦੇਣੀ 40 ਲੈਸ ਕਰ ਦੇ ਵੀ ਲੈਸ ਕਿਹਾ ਇਹ 3 ਸੀਟ ਦਾ ਪ੍ਰਾਈਸ ਆ ਠੀਕ ਹੈ ਜੀ 2 ਸੀਟ ਲੱਗ ਗਾ 2 ਸੀਟ ਲੱਗ ਗਾ ਹਾਂਜੀ ਆਪਾਂ ਵੀਰ ਜੀ ਉਹ ਦੁਕਾਨਦਾਰੀ ਨਹੀਂ ਕਰਦੇ ਵੀ ਹੁਣ ਇੱਕ ਦਾ ਸੈੱਟ ਪਾਤਾ ਉਹਦਾ ਰੇਟ ਘਟਾ ਕੇ ਪਾਤਾ ਉਹ ਕੁਝ ਨਹੀਂ ਹੈ ਹੁਣ 7 ਸੀਟਰ ਚ ਹੈ ਜੀ ਅੱਛਾ ਜੀ ਤੁਸੀਂ ਐਲ ਵੀ ਬਣਵਾ ਸਕਦੇ ਹੋ ਠੀਕ ਹੈ ਕਲਰ ਵੀ ਲਾ ਸਕਦੇ ਹੋ ਹਾਂ ਦੇਖੋ ਅਸੀਂ ਨਾ ਮੈਕਸਿਮਮ 700 ਤੋਂ 1000 ਰੁਪਏ ਮੀਟਰ ਸਾਡੀ ਕੋਸਟ हां देखो मार्केट 2000 हां 14 हां देखो ਅਸੀਂ 700 ਦਾ ਕਿਹੜਾ ਸਾਡੀ ਪਰਚੇਜ ਹੋ ਆਮ ਉਹ ਕਪੜਾ 1000 ਤੋਂ 1200 ਰੁਪਏ ਮੀਟਰ ਮਿਲਣਾ ਕੋ ਸਾਡੀ ਵਾਈਨ ਜਿਹੜੀ ਹੈ ਪਰਚੇਜ ਆ ਬਲਕ ਚ ਆ ਠੀਕ ਹੈ ਜੀ ਠੀਕ ਹੈ ਨਾ ਸੰਦੀਪ ਜੀ ਇੱਕ ਚੀਜ਼ ਹੋਰ ਮੈਨੂੰ ਦੱਸੋ ਇਹ ਵੀ ਮਟੀਰੀਅਲ ਕੀ ਹੈ ਇਹ ਕਿਹੜਾ ਸਟਫ ਹੈ ਇਹਨੂੰ ਨਾ ਕਹਿੰਦੇ ਤਾਂ ਲੈਦਰ ਆ ਪਰ ਲੈਦਰ ਨਹੀਂ ਹੁੰਦਾ ਇਹ ਪੀਵੀਸੀ ਲੈਦਰ ਆ ਪੀਵੀਸੀ ਲੈਦਰ ਅੱਛਾ ਦੇਖੋ ਇਹਦੀ ਕੁਆਲਿਟੀ ਹੁੰਦੀ ਆ ਅਲੱਗ-ਅਲੱਗ ਕੁਆਲਿਟੀ ਹੈ ਜਿੰਨੀ ਸੌਫਟ ਆ ਉਨੀ ਕੋਸਟਲੀ ਆ ਪਿਓਰ ਲੈਦਰ ਚ ਵੀ ਸਾਡੇ ਕੋਲ ਸੈੱਟ ਆ ਤੁਸੀਂ ਪਿਓਰ ਲੈਦਰ ਚ ਲਗਵਾਉਣਾ ਚਾਹੁੰਦੇ ਹੋ ਤਾਂ ਸਕਿਨ ਵਾਲਾ ਉਹ ਵੀ ਤੁਹਾਨੂੰ ਮਿਲੂਗਾ ਮੈਂ ਸੋਫਾ ਦਿਖਾ ਦਿੰਦਾ ਕੋਈ ਰਿਕਲਾਈਨ ਪਤਾ ਗੱਲ ਕੀ ਹੈ ਭਾਜੀ ਇੱਕ ਵੀਡੀਓ ਮਾਧਮ ਆ ਕਿ ਤੁਹਾਨੂੰ ਅਸੀਂ ਮੋٹے-ਮੋٹے ਹਿੰਟ ਦੇ ਦੀ ਹਾਂ ਸਟਾਕ ਅਪ ਦਾ ਉੱਪਰ ਉੱਪਰ ਦਾ ਹੁਣ ਮੈਂ ਜਿਹੜੇ ਬਾਹਰ ਵੀਰ ਸਾਡੇ ਬੈਠੇ ਆ ਹਰ ਬੰਦੇ ਦੀ ਇੱਛਾ ਹੁੰਦੀ ਵੀ ਯਾਰ ਮੈਂ ਮਾਲ ਮੰਗਾਉਣਾ ਘਰ ਬਣਾ ਲਿਆ ਬਹੁਤ ਮਾਲ ਜਾ ਰਿਹਾ ਹਾਂਜੀ ਦੇਖੋ ਉਹਦੇ ਚ ਕੀ ਆ ਵੀ ਕੰਟੇਨਰ ਦਾ ਰੇਟ ਹੁੰਦਾ ਅਸੀਂ ਤਾਂ ਦੇਖੋ ਅਸੀਂ ਨਾ ਪਾਰਟ ਲੋਡ ਨਹੀਂ ਭੇਜਦੇ ਵੀ ਦੀ ਚਾਹੇ 20 ਫੁੱਟਾ ਕੰਟੇਨਰ ਚਾਹੇ 40 ਫੁੱਟਾ ਹੁਣ ਪਾਰਟ ਲੋਡ ਵਿੱਚ ਡੈਮੇਜ ਦੀ ਦਿੱਕਤ ਜ਼ਿਆਦਾ ਆਉਂਦੀ ਹੈ ਦੇਖੋ ਸਕ੍ਰੈਚ ਵਗੈਰਾ ਜਾਂ ਕੋਸ਼ਾ ਹਲਕਾ ਮੁਲਕਾ ਤਾਂ ਬੰਦ ਕੰਟੇਨਰ ਚ ਵੀ ਕਿਸੇ ਟਾਈਮ ਆ ਜਾਂਦਾ ਠੀਕ ਹੈ ਨਾ ਜੀ ਹੁਣ ਉਹਦੇ ਚ ਦੋ ਰੈਂਟ ਹੁੰਦੇ ਆ ਇੱਕ ਰੈਂਟ ਪੋਰਟ ਤੱਕ ਦਾ ਜੀ ਪੋਰਟ ਤੋਂ ਡੋਰ ਤੱਕ ਦਾ ਗੱਲ ਕੀ ਆ ਉਹ ਤੁਹਾਡੀ ਇਹ ਟਿਕਟ ਦਾ ਹੀ ਸਿਸਟਮ ਆ ਉਹ ਕਹਿੰਦਾ ਰੇਟ ਕੋਈ ਫਿਕਸ ਨਹੀਂ ਹੁੰਦੇ ਕਈ ਦੁਕਾਨਦਾਰ ਆ ਵੀ ਮੰਨ ਲਓ 4 ਲੱਖ ਰੈਂਟ ਆ ਜਾਂ 2 ਲੱਖ ਰੈਂਟ ਆ ਹੁਣ ਮੌਕੇ ਦੇ ਮੁਤਾਬਕ ਮਹੀਨਾ ਮਾਲ ਬਣਨ ਨੂੰ ਲੱਗ ਗਿਆ ਜਾਂ ਡੇਢ ਮਹੀਨਾ ਉੱਥੇ ਘਟ ਵਾ ਸਕਦਾ ਉਹ ਕਸਟਮਰ ਨੂੰ ਕਹਿੰਦਾ ਵੀ ਤੂੰ ਜਿਹੜਾ ਸ਼ਿਪਮੈਂਟ ਆ ਆਪਦੇ ਵੀ ਕਰਾ ਸਕਦੇ ਹੋ ਜੇ ਸਾਡੇ ਕੋਲ ਕੰਪਨੀ ਦੇ ਸਾਡੇ ਕੋਲ ਵੀ ਆਪਸ਼ਨ ਹੈ ਆਪਸ਼ਨ ਹੁੰਦੀ ਹੈ ਤੁਸੀਂ ਆਪਦੀ ਸੱਲੀ ਕਰਾ ਕੇ ਉਹਦੇ ਤੋਂ ਆਪਦਾ ਮਾਲ ਮੰਗਵਾ ਸਕਦੇ ਹੁਣ ਆ ਵੀ ਡਿਜ਼ਾਈਨ ਸਾਡਾ ਜੀ ਬਿਲਕੁਲ ਨਿਊ ਡਿਜ਼ਾਈਨ ਅੱਛਾ ਜੀ ਦੂਜਾ ਤੀਜਾ ਸੋਫਾ ਬਣਿਆ ਵਾ ਠੀਕ ਹੈ ਫੈਬਰਿਕ ਕਲਰ ਤੁਸੀਂ ਉਹੀ ਤੁਹਾਨੂੰ ਕਿਹਾ ਵੀ 6 ਸੀਟਰ ਚ ਐਲ ਆ 2 ਸੀਟਾ ਟੇਬਲ ਆ ਉਹ ਆ ਪ੍ਰਾਈਸ ਟੈਗ ਇਹ ਤੇ ਲੱਗਿਆ ਠੀਕ ਹੈ ਜੀ ਠੀਕ ਹੈ ਨਾ ਜੀ ਇਹਦੇ ਤੇ ਵੀ ਐਕਸਟਰਾ ਲੈਸ ਲੱਗ ਚੁੱਕੀ ਆ 40 ਲੈਸ ਕਾਰਨਰ ਦੀ ਸੀਟ ਦਾ ਪੈਸਾ ਤੁਸੀਂ ਨਹੀਂ ਲੈਂਦੇ ਪੈਸਾ ਨਹੀਂ ਲੈਂਦੇ ਨਹੀਂ ਤਾਂ ਆਪਾਂ ਜੀ ਹੁਣ ਪਤਾ ਕੀ ਹੈ ਜੀ ਡੇਢ ਸੀਟ ਚ ਕਾਰਨਰ ਗਿਣਦੇ ਆ ਹਾਂ ਆ ਦੇਖੋ ਵੀ ਕਿੰਨਾ ਸਪੇਸ਼ੀਅਸ ਜਿਹਾ ਕਾਰਨਰ ਆ ਇਹ ਨਹੀਂ ਹੈ ਆਪਾਂ ਚਾਹੇ 3 ਸੀਟ ਲੈਣਾ ਠੀਕ ਹੈ ਨਾ ਡੇਢ ਸੀਟ ਅਸੀਂ ਕਾਰਨਰ ਦੇ ਪੈਸੇ ਨਹੀਂ ਲਗਾਉਂਦੇ ਕਸਟਮਰ ਨੂੰ ਇਹਨਾਂ ਰੋਇਲ ਲੁੱਕ ਸੋਫਾ ਜੀ ਇਹਦੇ ਤੇ ਕੰਫਰਟ ਲੈਵਲ ਵੱਖਰਾ ਹੀ ਹੈ ਹਾਂ ਵੀ ਸੈਟਿੰਗ ਦੇਖੋ ਕਿੰਨੀ ਸੋਹਣੀ ਸੈਟਿੰਗ ਦਿੰਦਾ ਹੈ ਇਹ ਕੀ ਬਾਤ ਇਹਦੇ ਤਾਂ ਨਾ ਬੈਕ ਤੇ ਵੀ ਗੁਲਟਡ ਹੋਏ ਸਾਡੇ ਕੰਮ 'ਚ ਪਤਾ ਕੀ ਗੱਲ ਆ ਜੀ ਕਈ ਬੰਦੇ ਨਾ ਹੋਲਸੇਲਿੰਗ ਦਾ ਕੰਮ ਕਰਦੇ ਆ 2-3 ਮਹੀਨੇ ਕੰਮ ਹੁੰਦਾ ਗਲਤ ਸਾਲ ਕੰਮ ਕੀਤਾ ਦੁਕਾਨਦਾਰ ਨੂੰ ਗਲਤ ਗਾਰੰਟੀ ਇਹਦੇ ਬੈਕ ਤੇ ਵੀ ਗੁਲਟਡ ਆ ਅੱਛਾ ਜੀ ਹੈਂਡਮੇਡ ਕੰਮ ਆ ਭਾਜੀ ਇਹਦਾ ਐਂਡ ਕੋਈ ਨਹੀਂ ਹੈ ਕੀ ਬਾਤ ਹੈ ਉਹਨਾਂ ਨੂੰ 50000 ਕੋਸਟ ਘਟਾਣੀ ਆ ਕੋਈ ਵੱਡੀ ਗੱਲ ਨਹੀਂ ਹੈ ਹਾਂ ਤੇ ਕਿਸੇ ਟਾਈਮ ਨਾ ਬੰਦਾ ਮੈਂ ਇੱਕ ਰਿਕੁਐਸਟ ਹੋਰ ਕਰੂੰਗਾ ਤੁਸੀਂ ਜਿਸ ਤੋਂ ਵੀ ਮਾਲ ਲੈਣਾ ਹਾਂਜੀ ਜਿਹੜੇ ਕੋਲ ਪਹਿਲਾਂ ਨਾ ਉਹਦੇ ਡਿਸਪਲੇ 'ਚ ਲੱਗੀ ਚੀਜ਼ ਦੇਖ ਲਿਆ ਕਰੋ ਹਾਂਜੀ ਠੀਕ ਹੈ ਨਾ ਜੀ ਹੁਣ ਆਹ ਕੱਪੜਾ ਨਾ ਵਾਟਰਪ੍ਰੂਫ ਲੱਗਿਆ ਜੀ ਹਾਂ ਹੁਣ ਆਪਾਂ ਪਾਣੀ ਡੋਲਤਾ ਇਹਦੇ 'ਚ ਇਹ ਤੇ ਪਾਣੀ ਨੇ ਅਸਰ ਨਹੀਂ ਕਰਨਾ ਪਾਣੀ ਇਹ ਨਿਕਲ ਜਾ ਆਹਾਹਾ ਕੀ ਬਾਤ ਹੈ ਜੀ ਠੀਕ ਹੈ ਪਾਣੀ ਨੇ ਅਸਰ ਨਹੀਂ ਕਰਨਾ ਪਾਣੀ ਇਹ 'ਚ ਬਾਹਰ ਆ ਜਾਣਾ ਠੀਕ ਹੈ ਜੀ ਸੋ ਇਹ ਚੀਜ਼ ਆਪਣੇ ਕੋਲ ਹੋ ਗਈ ਇਹ ਫਾਈਬਰ 'ਚ ਸੋਫਾ ਸਾਡਾ ਅਸੀਂ ਦੋ ਮਾਡਲ ਇਹ 'ਚ ਤਿਆਰ ਕੀਤੇ ਆ ਇਹਦੇ 'ਚ ਕੀ ਹੈ ਜੀ ਅਸੀਂ 90000 ਦਾ ਸੋਫਾ ਵਾ ਇਹ ਹੈ ਤਾਂ 40 ਲੈਸ ਕੱਟ ਕੇ 90000 ਆ ਜੀ ਅੱਛਾ ਜੀ ਤੁਹਾਨੂੰ ਪੁਰਾਣੇ ਸੋਫੇ ਦੇ ਤੁਹਾਡੇ ਘਰੇ 20 ਸਾਲ ਪੁਰਾਣਾ ਸੋਫਾ 50 ਸਾਲ ਪੁਰਾਣਾ ਸੋਫਾ ਉਹਦਾ ਅਸੀਂ ਤੁਹਾਨੂੰ 20000 ਰੁਪਏ ਡਿਸਕਾਊਂਟ ਕਰ ਦੇਣਾ ਅੱਛਾ ਜੀ 20000 ਰੁਪਏ ਲੈਸ ਕਰ ਦੇਣੀ ਹੈ ਉਦੋਂ ਬਾਅਦ 16% ਐਕਸਟਰਾ ਲੈਸ ਹੋਰ ਕਰ ਦੇਣੀ ਹੈ ਅੱਛਾ ਜੀ ਸਿਰਫ 58800 ਰੁਪਏ ਚ ਅਸੀਂ ਤੁਹਾਨੂੰ ਵਿਦ ਸ਼ੀਸ਼ਾ ਹਾਂ ਵਿਦ ਡਿਵਾਈਡਰ ਹਾਂ ਵਿਦ 2 ਸੀਟ ਵਿਦ ਐਲ ਇਹ ਦੇ ਦੇਣੀ ਹੈ
ਤੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੁਰਾਣਾ ਸੋਫਾ ਸੀ ਲੈਣਾ ਨਹੀਂ ਹੈ ਉਹ ਸਾਡੇ ਕੰਨਿਓ ਆਪਦੀ ਮੇੜ ਨੂੰ ਸਾਡੇ ਕਿਸੇ ਮਹੱਤਵ ਸਾਥੀ ਨੂੰ ਤੁਸੀਂ ਗਿਫਟ ਕਰ ਦਿਓ। ਕੀ ਬਾਤ ਹੈ, ਇੱਕ ਚੀਜ਼ ਦੋ ਘਰੇ ਖੁਸ਼ੀਆਂ ਲੈ ਕੇ ਆਓ। ਇਹ ਬਹੁਤ ਸਹੀ ਹੈ ਨਾ ਵੀ ਫੈਸਟੀਵਲ ਜ਼ਰੂਰੀ ਨਹੀਂ ਹੈ ਕਿ ਦਾਨ ਤੁਸੀਂ ਪੈਸੇ ਕਰਨਾ। ਕੋਈ ਵੀ ਤੁਸੀਂ ਦੇਖੋ ਇੰਡੀਆ 'ਚ ਵੱਸਦੇ ਹੋ, ਰੱਬ ਨੇ ਦਿੱਤੇ ਆ ਪੈਸੇ। ਜੇ ਤੁਸੀਂ ਇੱਕ ਘਰੇ ਕੋਈ ਚੀਜ਼ ਲੈ ਕੇ ਜਾਂਦੇ ਹੋ, ਚਾਹੇ ਤੁਸੀਂ ਸੋਨੇ ਦੀ ਕੋਈ ਬਰਤਨ ਜਾਂ ਕੁਛ ਤੁਸੀਂ ਸੋਫਾ ਲੈ ਕੇ ਜਾਂ ਕੋਈ ਮਟੀਰੀਅਲ ਲੈ ਕੇ, ਉਹਦੇ ਨਾਲ ਸੱਤ ਘਰਾਂ ਦਾ ਚੁੱਲ੍ਹਾ ਜਲਦਾ ਜੀ। ਉਹਨੂੰ ਚੀਜ਼ ਬਣਾਉਣ ਲਈ ਹੁਣ ਮੈਨ ਮੇਡ ਕੰਮ ਤਾਂ ਬੰਦਿਆਂ ਨੇ ਕਰਨਾ ਨਾ ਜੀ, ਠੀਕ ਹੈ ਨਾ ਜੀ। ਜ਼ਰੂਰੀ ਨਹੀਂ ਹੁੰਦਾ, ਇਹ ਵੀ ਇੱਕ ਪੁੰਨ ਵਾਲਾ ਹੀ ਕੰਮ ਹੁੰਦਾ। ਚਾਹੇ ਆਪਾਂ ਕੋਈ ਮਾਰਕੀਟ 'ਚੋਂ ਆਪਾਂ ਨੂੰ ਮਹਾਰਾਜ ਨੇ ਪੈਸੇ ਦੇ ਤੇ, ਆਪਾਂ ਕੋਈ ਨਵਾਂ ਪੁਰਾਣਾ ਚੱਲਾ, ਉਹ ਦੇਖੋ ਸਰਕਾਰ ਨੂੰ ਟੈਕਸ ਵੀ ਚਲਾ ਗਿਆ ਜੀ, ਠੀਕ ਹੈ ਨਾ ਜੀ, 10 ਬੰਦਿਆਂ ਨੂੰ ਰੋਜ਼ਗਾਰ ਵੀ ਮਿਲੇ। ਠੀਕ ਹੈ ਜੀ, ਤੇ ਆਪਣੇ ਕੋਲ ਇੱਕ ਹੋਰ ਜੀ ਸਟਾਕ ਦੇ ਵਿੱਚ ਪਿਆ, ਆਪਾਂ ਇਹ ਵੀ ਲਾਸਟ ਦਿਖਾ ਦਿੰਨੇ ਆ, ਤੇ ਬਾਕੀ ਜਦੋਂ ਵਿਜ਼ਿਟ ਕਰੋਗੇ ਤਾਂ ਆਪਸ਼ਨ ਤਾਂ ਬਹੁਤ ਜ਼ਿਆਦਾ ਹੈਗੀ ਹੈ ਜੀ। ਇਹ ਸੋਫੇ ਬਾਰੇ ਕੀ ਜਾਣਕਾਰੀ? ਇਹ ਹੁਣ ਸਾਡਾ ਜਿਹੜਾ ਸੋਫਾ ਜੀ, ਇਹ ਜਿਹਦੇ ਕੋਲ ਸਪੇਸ ਘੱਟ ਆ, ਇਹਦੇ ਤੇ 13 ਬੰਦਿਆਂ ਦੀ ਸਿਟਿੰਗ ਆ ਜੀ। ਅੱਛਾ ਜੀ, 13 ਬੰਦੇ ਤੁਹਾਨੂੰ ਇਹਦੇ ਤੇ ਅਸੀਂ ਬਿਠਾ ਕੇ ਦਿਖਾ ਦੇਣੇ ਆ। ਅੱਛਾ ਜੀ, ਠੀਕ ਹੈ ਨਾ ਜੀ। ਦੇਖੋ ਇਹਦੇ ਤੇ 3, 3, 6, 2, 8 ਤੇ 2, 10, ਹਾਂ 10 ਤੇ 4, 14 ਹੀ ਬੈਠ ਜਾਣਾ ਜੀ। ਆਹ ਨਾ ਪਫੀ ਆ ਜੀ। ਜੋ ਸਾਡਾ ਟੈਗ ਲੱਗਿਆ ਹੋਇਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਸੰਦੀਪ ਬਾਈ।